12 अक्टूबर 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਬਰਗਾੜੀ ਦੇ ਵਿੱਚ। ਜਿਸ ਤੋਂ ਬਾਅਦ 14 ਅਕਤੂਬਰ 2015 ਨੂੰ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ, ਇਨਸਾਫ ਦੇ ਲਈ ਜਿਹੜੇ ਧਰਨੇ ਪ੍ਰਦਰਸ਼ਨ ਲਾਏ ਜਾਂਦੇ ਨੇ, ਪਰ ਜਿਹੜਾ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਦੋ ਸਿੰਘਾਂ ਦੀ ਮੌਤ ਵੀ ਹੋ ਜਾਂਦੀ ਹੈ, ਜਿਸ ਦੀ ਜਾਂਚ ਹੁੰਦੀ ਹੈ, ਕਈ ਕਮਿਸ਼ਨ ਬਿਠਾਏ ਜਾਂਦੇ ਨੇ। ਜਿਸ ਜਾਂਚ ਦੇ ਵਿੱਚ ਇੱਕ ਗਵਾਹ ਦਾ ਨਾਂ ਆਉਂਦਾ ਹੈ ਸੁਰਜੀਤ ਸਿੰਘ, ਸਾਬਕਾ ਸਰਪੰਚ ਜੋ ਕਿ ਪਿੰਡ ਬਹਿਬਲ ਕਲਾਂ ਦਾ ਰਹਿਣ ਵਾਲਾ ਸੀ, ਜਿਸ ਦੀ ਕੁਝ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ। ਸਾਡੇ ਚੈਨਲ ਵੱਲੋਂ ਉਹਨਾਂ ਦੀ ਧਰਮਪਤਨੀ ਦੇ ਨਾਲ ਇੰਟਰਵਿਊ ਕੀਤਾ ਗਿਆ, ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਅਤੇ ਕੁਝ ਆਰੋਪ ਵੀ ਲਗਾਏ ਨੇ ਸਿਆਸਤਦਾਨਾਂ 'ਤੇ ਵੀ ਅਤੇ ਜਥੇਬੰਦੀਆਂ ਦੇ ਆਗੂਆਂ 'ਤੇ ਵੀ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮੁਤਬਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੱਲਬਾਤ ਕਰਦੇ ਹਾਂ ਇਹਨਾਂ ਨਾਲ। ਦਾਦੂਵਾਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇੱਕ ਮੁੱਖ ਗਵਾਹ ਸੀਗੇ ਸੁਰਜੀਤ ਸਿੰਘ, ਉਹਨਾਂ ਦੀ ਡੈਥ ਹੋ ਗਈ ਹੈ? ਬਹੁਤ ਦੁੱਖ ਆ ਜੀ ਇਸ ਗੱਲ ਦਾ। ਉਹਨਾਂ ਦੀ ਜਿਹੜੀ ਮੌਤ ਹੋਈ ਹੈ ਹਾਰਟ ਅਟੈਕ ਦੇ ਨਾਲ, ਕੁਦਰਤੀ ਸਰੀਰਕ ਪ੍ਰੋਬਲਮ ਕਈ ਵਾਰ ਆ ਜਾਂਦੀ ਹੈ। ਜਿਸ ਤਰ੍ਹਾਂ ਉਹਨਾਂ ਦੇ ਧਰਮ ਪਤਨੀ ਦੱਸ ਰਹੇ ਆ ਕਿ ਉਹਨਾਂ 'ਤੇ ਕੁਝ ਸਰਕਾਰੀ ਦਬਾਅ ਸੀਗਾ, ਉਹਨਾਂ ਦੀ ਕੋਈ ਬਿਜਲੀ ਦਾ ਮੀਟਰ ਦਾ ਕੋਈ ਰੌਲਾ ਵਗੈਰਾ ਸੀਗਾ, ਕੋਈ ਸਰਕਾਰੀ ਬੰਦੇ ਆ ਕੇ ਉਹਨਾਂ ਨੂੰ ਦਬਾ ਦਿੰਦੇ ਸੀ। ਪਰ ਜਿਸ ਤਰ੍ਹਾਂ ਉਹਨਾਂ ਕੋਲ ਸਿਕਿਉਰਿਟੀ ਸੀ, ਬਕਾਇਦਾ ਪੁਲਿਸ ਮੁਲਾਜ਼ਮ ਉਹਨਾਂ ਦੇ ਕੋਲ ਸੀ, ਮੈਂ ਸਮਝਦਾ ਕਿ ਕੋਈ ਇਸ ਤਰ੍ਹਾਂ ਗੈਰ ਬੰਦੇ ਆ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦਬਾਅ ਤਾਂ ਨਹੀਂ ਪਾ ਸਕਦਾ। ਪਰ ਜੇ ਕੋਈ ਉਹਨਾਂ ਦਾ ਕੋਈ ਬਿਜਲੀ ਦਾ ਝਗੜਾ ਸੀਗਾ ਤਾਂ ਉਹ ਚਲੋ ਹਰੇਕ ਨੂੰ ਜੇ ਕੋਈ ਝਗੜੇ ਦੀ ਗੱਲ ਆ ਤਾਂ ਉਹਨੂੰ ਨਿਬੇੜਨਾ ਚਾਹੀਦਾ। ਬਾਕੀ ਦੁੱਖ ਆ ਸਾਨੂੰ ਇਸ ਗੱਲ ਦਾ ਕਿ ਜਿਹੜੀ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਆ, ਉਹ ਇਸ ਕਾਂਡ ਦੇ ਵਿੱਚ ਗਵਾਹ ਸੀਗੇ। ਅਤੇ ਸਰਕਾਰ ਜਿਹੜੀ ਆ ਉਹ ਇਨਸਾਫ਼ ਨਹੀਂ ਕਰ ਰਹੀ। ਕੋਈ ਇਨਸਾਫ਼ ਦੀ ਗੱਲ ਜਿਹੜੀ ਲੱਗਦੀ ਸੀਗੀ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਅਸੀਂ ਇਨਸਾਫ਼ ਕਰਾਂਗੇ, ਕਮਿਸ਼ਨ ਵੀ ਬਿਠਾਇਆ ਗਿਆ, ਕਮਿਸ਼ਨ ਦੀ ਰਿਪੋਰਟ ਵੀ ਸਬਮਿਟ ਹੋਈ, ਵਿਧਾਨ ਸਭਾ 'ਚ ਸੈਸ਼ਨ ਵੀ ਹੋਇਆ, ਸਿੱਟ ਵੀ ਬਣੀ। ਪਰ ਹੁਣ ਸਿੱਟ ਤੁਸੀਂ ਦੇਖ ਹੀ ਰਹੇ ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀਆ MP ਇਲੈਕਸ਼ਨ ਤੋਂ ਪਹਿਲਾਂ ਤਾਂ ਐਕਟਿਵ ਸੀ, ਉਦੋਂ ਬਾਅਦ ਤਾਂ ਬਿਲਕੁਲ ਹੀ ਉਹ ਜਿਹੜਾ ਹੈ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ। ਬਿਆਨਬਾਜ਼ੀ ਬਿਆਨ ਉਹਨਾਂ ਨੇ ਲਏ ਆ ਲੋਕਾਂ ਦੇ, ਪਰ ਰਿਪੋਰਟ ਦਾ ਕੀ ਬਣ ਰਿਹਾ ਸਾਰੀ ਦਾ ਕੋਈ ਪਤਾ ਨਹੀਂ। ਸੋ ਸਰਕਾਰ ਦੀ ਮੈਂ ਸਮਝਦਾ ਕਿ ਇਹਦੇ ਵਿੱਚ ਫੇਲੀਅਰ ਆ ਸਰਕਾਰ ਦਾ, ਕਿ ਸਰਕਾਰ ਇਨਸਾਫ਼ ਦੇਣਾ ਨਹੀਂ ਚਾਹੁੰਦੀ। ਸਾਢੇ 6 ਮਹੀਨੇ ਬਰਗਾੜੀ ਦਾ ਇਨਸਾਫ਼ ਮੋਰਚਾ ਲੱਗਾ, ਲੱਖਾਂ ਸੰਗਤਾਂ ਉੱਥੇ ਆਈਆਂ ਨੇ, ਜਥੇਬੰਦੀਆਂ ਆਈਆਂ, ਸੰਗਤਾਂ, ਸੰਤ ਮਹਾਂਪੁਰਸ਼, ਗੈਰ ਸਿੱਖ ਵੀ ਉੱਥੇ ਆਏ ਆ, ਅਤੇ ਉਹਨਾਂ ਨੇ ਵੀ ਆ ਕੇ ਜਿਹੜਾ ਹੈਗਾ ਇਨਸਾਫ਼ ਲਈ ਹਾਹ ਦਾ ਨਾਰਾ ਮਾਰਿਆ, ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ। ਪਰ ਇੰਨਾ ਲੰਬਾ ਮੋਰਚਾ ਚੱਲਣ ਦੇ ਬਾਵਜੂਦ, ਇਹਨਾਂ ਸੰਗਤਾਂ ਦਾ ਜਿਹੜਾ ਰੋਸ ਦੇ ਬਾਵਜੂਦ ਜਿਹੜਾ ਹੈ ਕਿ ਉਹ ਫਿਰ ਵੀ ਸਰਕਾਰ ਜਿਹੜੀ ਕੈਪਟਨ ਸਰਕਾਰ ਇਨਸਾਫ਼ ਨਹੀਂ ਕਰ ਰਹੀ। ਜੋ ਲੋਕਾਂ ਦਾ ਖਦਸ਼ਾ ਸੀਗਾ, ਜੋ ਪੰਜਾਬ ਸਰਕਾਰ ਦੀ ਕੈਬਨਿਟ ਆ ਜਾਂ ਉਹਨਾਂ ਦੇ MLA ਆ ਜਾਂ ਦੂਜੀਆਂ ਪਾਰਟੀਆਂ ਵੀ ਆ, ਕਿ ਅੱਜ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦਾ ਕੋਈ ਸਮਝੌਤਾ ਹੋ ਚੁੱਕਾ, ਜਿਸ ਕਰਕੇ ਉਹ ਇਸ ਦਾ ਇਨਸਾਫ਼ ਨਹੀਂ ਕਰਨਾ ਚਾਹੁੰਦੇ। ਕੁਝ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਰਚਾ ਜਿਹੜਾ ਸੀ ਬਾਈ ਨੇਮ ਦਰਜ ਕੀਤਾ, ਉਹਨਾਂ ਦੀ ਗ੍ਰਿਫਤਾਰੀ ਹੋਈ, ਬਾਅਦ ਵਿੱਚ ਜ਼ਮਾਨਤਾਂ ਲੈ ਗਏ। 28 ਦੇ ਕਰੀਬ ਦੋਸ਼ੀ ਬਰਗਾੜੀ ਕਾਂਡ ਦੇ ਫੜੇ ਸੀ, ਉਹਨਾਂ ਨੂੰ ਜ਼ਮਾਨਤਾਂ ਹੋ ਗਈਆਂ, ਉਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਗਈ ਹੈ, ਬਕਾਇਦਾ ਉਹਨਾਂ ਨਾਲ ਜਿਹੜੇ ਪੁਲਿਸ ਮੁਲਾਜ਼ਮ ਸੁਰੱਖਿਆ 'ਤੇ ਲਾਏ ਗਏ ਆ। ਸੋ ਇਹਦੇ 'ਚ ਲੱਗਦਾ ਕਿ ਸਰਕਾਰ ਦੀ ਨੀਅਤ ਜਿਹੜੀ ਆ ਉਹ ਸਾਫ਼ ਨਹੀਂ ਆ, ਅਤੇ ਹੁਣ ਸਾਨੂੰ ਕੋਈ ਇਹਦੇ ਤੋਂ ਇਨਸਾਫ਼ ਦੀ ਆਸ ਕੈਪਟਨ ਸਰਕਾਰ ਤੋਂ ਲੱਗਦੀ ਨਹੀਂ ਆ। ਬਾਬਾ ਜੀ, ਤੁਸੀਂ ਦੱਸਿਆ ਕਿ ਬੜਾ ਵੱਡਾ ਸੰਘਰਸ਼ ਵੀ ਕੀਤਾ ਤੁਸੀਂ, ਅਤੇ ਹੁਣ ਵੀ ਬੇਸ਼ੱਕ ਕਰ ਵੀ ਰਹੇ ਹੋ, ਪਰ ਇਨਸਾਫ਼ ਜਿਹੜਾ ਹਜੇ ਤੱਕ ਨਹੀਂ ਮਿਲਿਆ, ਹੈ ਨਾ? ਹੁਣ ਕਿਸ ਤਰ੍ਹਾਂ ਦਾ ਤੁਸੀਂ ਸੰਘਰਸ਼ ਕਰ ਰਹੇ ਹੋ ਇਨਸਾਫ਼? ਦੇਖੋ, ਜਿਹੜੀ ਇਨਸਾਫ਼ ਦੀ ਗੱਲ ਹੈ ਤਾਂ ਬੱਚੇ ਬੱਚੇ ਦੀ ਜ਼ਬਾਨ 'ਤੇ ਆ, ਹਰੇਕ ਸਿੱਖ ਦੇ ਅੰਦਰ ਜਿਹੜਾ ਇਸ ਗੱਲ ਦਾ ਰੋਸ ਆ ਸ਼ਰਧਾਲੂ ਦੇ ਮਨ ਵਿੱਚ ਅੱਜ ਤੱਕ ਵੀ ਕੈਪਟਨ ਸਰਕਾਰ ਨੇ ਇਨਸਾਫ਼ ਨਹੀਂ ਕੀਤਾ। ਜਿਸ ਤਰ੍ਹਾਂ ਪਹਿਲਾਂ 1984 ਦੇ ਕਤਲੇਆਮ ਦਾ ਇਨਸਾਫ਼ ਅੱਜ ਤੱਕ ਨਹੀਂ ਹੋਇਆ, ਕਦੇ ਕਦੇ ਜਦੋਂ ਜ਼ੋਰ ਪੈਂਦਾ ਕਦੇ ਸੱਜਣ ਕੁਮਾਰ ਨੂੰ ਅੰਦਰ ਕਰਤਾ, ਕਦੇ ਹੋਰ ਇੱਕਾ ਦੁੱਕਾ ਨੂੰ ਅੰਦਰ ਕਰ ਦਿੱਤਾ, ਇਸ ਤਰ੍ਹਾਂ ਗੱਲ ਚੱਲਦੀ ਆ। ਸੋ ਇਸੇ ਤਰ੍ਹਾਂ ਬਰਗਾੜੀ ਬੇਅਦਬੀ ਕਾਂਡ ਆ, ਕੋਟਕਪੂਰਾ, ਬਹਿਬਲ ਗੋਲੀ ਕਾਂਡ, ਇਹ ਸਾਰਾ ਜਿਹੜਾ ਹੈਗਾ ਇਹਦੇ 'ਤੇ ਸਰਕਾਰ ਜਿਹੜਾ ਕੁਛ ਨਹੀਂ ਕਰਨਾ ਚਾਹੁੰਦੀ। ਉਦੋਂ ਮੋਰਚਾ ਚੱਲਿਆ ਸੀ, ਦਬਾਅ ਬਣਿਆ, ਜੇ ਉਹ ਮੋਰਚਾ ਚੱਲਦਾ ਰਹਿੰਦਾ ਤਾਂ ਮੈਂ ਸਮਝਦਾ ਕਿ ਕੈਪਟਨ ਸਰਕਾਰ ਨੂੰ ਦਬਾਅ ਵਿੱਚ ਇਨਸਾਫ਼ ਜਿਹੜਾ ਸੀ ਉਹ ਕਰਨਾ ਪੈਣਾ ਸੀ। ਪਰ ਉਹ ਸਾਡੇ ਮੋਰਚਾ ਡਿਕਟੇਟਰ ਜਥੇਦਾਰ ਮੰਡ ਸਾਹਿਬ ਨੇ ਜਿਹੜਾ ਫੈਸਲਾ ਲੈ ਲਿਆ 9 ਦਸੰਬਰ ਨੂੰ, ਸਾਰਿਆਂ ਨੂੰ ਵਿਸ਼ਵਾਸ ਵਿੱਚ ਲਏ ਤੋਂ ਬਿਨਾਂ, ਸਾਡੇ ਨਾਲ ਵੀ ਜਿਹੜਾ ਸੀ ਉਹਨਾਂ ਨੇ ਬੇਵਿਸ਼ਵਾਸੀ ਕੀਤੀ, ਔਰ ਸਿੱਖ ਜਥੇਬੰਦੀਆਂ ਜਿਹੜੇ ਉੱਥੇ ਆਏ ਸੀ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ, ਅਤੇ ਜਿਹੜਾ ਫੈਸਲਾ ਸੀ ਲੈ ਲਿਆ। ਉਹਦੇ ਨਾਲ ਜੋ ਵਾਅਦੇ ਕੈਪਟਨ ਸਰਕਾਰ ਨੇ ਉਹਨਾਂ ਨਾਲ ਕੀਤੇ ਫੋਨ 'ਤੇ, ਕੋਈ ਗੱਲਬਾਤ ਉਹਨਾਂ ਦੀ ਹੋਈ ਜਾਂ ਮੰਤਰੀ ਸਾਹਿਬਾਨਾਂ ਨੇ ਉੱਥੇ ਆ ਕੇ ਜਿਹੜਾ ਐਲਾਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ, ਉਹ ਸਭ ਕਾਸੇ ਤੋਂ ਮੁਨਕਰ ਹੋ ਗਏ ਆ। ਹੁਣ ਜਿਹੜੀ ਸਾਡੀ ਇਨਸਾਫ਼ ਦੀ ਆਵਾਜ਼ ਅਸੀਂ ਜਿੱਥੇ ਵੀ ਜਾਂਦੇ ਹਾਂ ਉਹਦੀ ਗੱਲ ਕਰਦੇ ਹਾਂ, ਇਹ ਮੁੱਦਾ ਉਸੇ ਤਰ੍ਹਾਂ ਲੋਕਾਂ ਦੇ ਮਨਾਂ ਵਿੱਚ ਜੀਵਤ ਆ ਜਿਵੇਂ ਬਰਗਾੜੀ ਦਾ ਮੋਰਚਾ ਲੱਗਣ ਤੋਂ ਪਹਿਲਾਂ ਸੀ। ਰੋਸ ਜਿੰਨਾ ਚਿਰ ਬੇਇਨਸਾਫ਼ੀ ਦਾ ਇਨਸਾਫ਼ ਨਹੀਂ ਹੁੰਦਾ, ਬੇਅਦਬੀ ਦਾ ਇਨਸਾਫ਼ ਨਹੀਂ ਹੁੰਦਾ,
ਗੋਲੀਕਾਂਡ ਦਾ ਇਨਸਾਫ ਨਹੀਂ ਹੁੰਦਾ, ਉਹਨਾਂ ਚਿਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਰੋਸ ਇਸੇ ਤਰ੍ਹਾਂ ਬਰਕਰਾਰ ਰਹੂਗਾ। ਬਾਬਾ ਜੀ, ਜਿਸ ਤਰ੍ਹਾਂ ਸਾਡੇ ਚੈਨਲ ਨੇ ਉਹਨਾਂ ਦੀ ਧਰਮ ਪਤਨੀ ਨਾਲ ਗੱਲ ਕੀਤੀ, ਉਹ ਕਹਿ ਰਹੇ ਆ ਕਿ ਹਾਰਟ ਅਟੈਕ ਹੋਇਆ, ਪਰ ਜਿਹੜਾ ਇਹ ਹਾਰਟ ਅਟੈਕ ਹੋਇਆ ਉਹ ਪ੍ਰੈਸ਼ਰ ਕਰਕੇ ਹੋਇਆ, ਉਹਨਾਂ ਦਾ ਦਬਾਅ ਪਾਇਆ ਜਾ ਰਿਹਾ ਸੀ। ਤੁਸੀਂ ਕਿਵੇਂ ਦੇਖਦੇ ਹੋ ਕਿ ਪ੍ਰੈਸ਼ਰ ਹੋਣਾ ਹੈ? ਦੇਖੋ, ਜੇ ਉਹ ਕਹਿ ਰਹੇ ਆ ਤਾਂ ਕੋਈ ਉਸ ਤਰ੍ਹਾਂ ਦੀ ਗੱਲ ਹੋ ਸਕਦਾ ਹੋਵੇ, ਪਰ ਸਾਡੇ ਧਿਆਨ 'ਚ ਨਹੀਂ ਕਦੇ। ਜਿਵੇਂ ਉਹ ਕਹਿ ਰਹੇ ਆ ਕਿ ਅਸੀਂ ਦਾਦੂਵਾਲ ਸਾਹਿਬ ਨੂੰ ਮਿਲੇ ਸੀ ਉੱਥੇ ਜਾ ਕੇ, ਹੁਣ ਮੋਰਚੇ 'ਚ ਲੱਖਾਂ ਸੰਗਤਾਂ ਆਉਂਦੀਆਂ ਸੀਗੀਆਂ ਰੋਜ਼ਾਨਾ, ਅਤੇ ਲੱਖਾਂ ਹੀ ਉੱਥੇ ਮਿਲਦੀਆਂ ਸੀਗੀਆਂ ਜਿਹੜੇ ਸਗੋਂ ਇਸ ਕਾਂਡ ਵਿੱਚ ਪਰਿਵਾਰ ਸੀਗੇ, ਜਿਵੇਂ ਸੁਖਰਾਜ ਸਿੰਘ ਨਿਆਮੀ ਵਾਲਾ ਸੀਗਾ, ਜਾਂ ਦੂਸਰੇ ਜਿਹੜੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੇ ਫਾਦਰ ਸਾਹਿਬ ਸੀਗੇ, ਜਾਂ ਜਿੱਦਾਂ ਹੁਣ ਗੁਰਸੇਵਕ ਸਿੰਘ ਫੌਜੀ ਆ, ਮਲਕੇ ਕਾਂਡ ਦੇ ਵਿੱਚ ਗਵਾਹ ਆ, ਉਹ ਸਾਰੇ ਸਾਨੂੰ ਜਾਣਦੇ ਆ, ਮਿਲਦੇ ਵੀ ਰਹਿੰਦੇ ਆ, ਪਰ ਇਹ ਪਰਿਵਾਰ ਬਹੁਤਾ ਕਦੇ ਸਾਨੂੰ ਮਿਲਿਆ ਨਹੀਂ, ਸਾਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਤੁਸੀਂ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੇ? ਜਿਸ ਤਰ੍ਹਾਂ ਇਹਨਾਂ ਦੀ ਵਾਈਫ ਆ, ਮੈਂ ਇਹਨਾਂ ਨੂੰ ਬਿਲਕੁਲ ਨਹੀਂ ਜਾਣਦਾ, ਉੱਥੇ ਲੱਖਾਂ ਸੰਗਤਾਂ ਦੇ ਵਿੱਚ ਆ ਕੇ ਕਿਤੇ ਮਿਲੇ ਹੋਣ ਤਾਂ ਮੈਂ ਕਹਿ ਨਹੀਂ ਸਕਦਾ ਕਿ ਉੱਥੇ ਇੰਨੇ ਇਕੱਠ ਦੇ ਵਿੱਚ ਕਿਤੇ ਮਿਲੇ ਹੁਣ ਉੱਥੇ, ਕਿਉਂਕਿ ਤੁਹਾਨੂੰ ਪਤਾ ਰੋਜ਼ ਹਜ਼ਾਰਾਂ ਸੰਗਤਾਂ ਆਉਂਦੀਆਂ ਸੀ ਅਤੇ ਲੱਖਾਂ ਸੰਗਤਾਂ ਉੱਥੇ ਆਈਆਂ ਨੇ। ਇਹਨਾਂ ਨੇ ਸਪੈਸ਼ਲ ਕਦੇ ਸਾਨੂੰ ਨਾ ਮਿਲਣ ਦੀ, ਕਦੇ ਫੋਨ 'ਤੇ ਵੀ ਗੱਲ ਨਹੀਂ ਹੋਈ, ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅੱਛਾ, ਇੱਕ ਗੱਲ ਉਹ ਇਹ ਵੀ ਕਹਿ ਰਹੇ ਹੈ ਕਿ ਕਈ ਵੱਡੇ ਲੀਡਰਾਂ ਦਾ ਵੀ ਨਾਂ ਲਿਆ ਹੈ, ਕਿੱਕੀ ਢਿੱਲੋਂ ਦਾ ਲਿਆ, ਜਿਵੇਂ ਗੁਰਪ੍ਰੀਤ ਕਾਂਗੜ ਦਾ, ਤੁਸੀਂ ਵੀ ਦੇਖਿਆ ਹੋਣਾ ਹੈ ਨਾ ਇੰਟਰਵਿਊ, ਅਤੇ ਉਹ ਕਹਿ ਰਹੇ ਹੈ ਕਿ ਹੁਣ ਉਹਨਾਂ ਨੂੰ ਡਰ ਹੈ ਕਿ ਉਹਨਾਂ ਤੋਂ, ਤੁਸੀਂ ਕਿਵੇਂ ਦੇਖਦੇ ਹੋ ਇਹ? ਦੇਖੋ, ਸਿਕਿਉਰਿਟੀ ਉਹ ਦੱਸ ਰਹੇ ਆ ਕਿ ਉਹਨਾਂ ਕੋਲ 4 ਪੁਲਿਸ ਮੁਲਾਜ਼ਮ ਗਾਰਡ 'ਤੇ ਲੱਗੇ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਹੁਣ ਸਰਕਾਰ ਹੀ ਉਹਨਾਂ ਦੀ ਜਿਹੜੀ ਹੈਗਾ ਉਹ ਹਿਫਾਜ਼ਤ ਕਰ ਸਕਦੀ ਹੈ ਜੇ ਸਰਕਾਰ ਇਨਸਾਫ ਕਰਨਾ ਚਾਹੁੰਦੀ। ਜੇ ਸਰਕਾਰ ਹੀ ਇਨਸਾਫ ਨਹੀਂ ਕਰਨਾ ਚਾਹੁੰਦੀ ਤਾਂ ਇੱਥੇ ਕੁਛ ਵੀ ਹੋ ਸਕਦਾ। ਜਿਸ ਤਰ੍ਹਾਂ ਉਹਨਾਂ ਨੇ ਲੀਡਰਾਂ ਦੇ ਨਾਂ ਲਏ ਆ, ਉਹ ਕਿਉਂ ਲਏ ਆ ਇਹ ਤਾਂ ਉਹੀ ਦੱਸ ਸਕਦੇ ਆ ਵੀ ਉਹਨਾਂ ਦਾ ਕੀ ਰੋਲ ਆ ਉਹਦੇ ਵਿੱਚ। ਪਰ ਉਹ ਇਹ ਵੀ ਗੱਲ ਕਹਿ ਰਹੇ ਆ ਨਾ ਕਿ ਸਿਕਿਉਰਿਟੀ ਬੇਸ਼ੱਕ ਮਿਲੀ ਹੋਈ ਹੈ, ਪਰ ਹੋਰ ਵੀ ਪੁਲਿਸ ਆ ਜਾਂਦੀ ਹੈ ਅਤੇ ਥ੍ਰੈਟ ਵਗੈਰਾ ਉਹਨਾਂ ਦੇ ਨਾਲ ਕਰਦੀ ਹੈ, ਕਿ ਐਜ਼ ਏ ਤੁਸੀਂ ਇੱਕ ਜਥੇਦਾਰ ਹੋਣ ਦੇ ਨਾਤੇ ਕੀ ਤੁਸੀਂ ਉਹਨਾਂ ਦੇ ਨਾਲ ਖੜੋਗੇ? ਬਿਲਕੁਲ, ਅਸੀਂ ਹੁਣ ਉਹਦਾ ਕੋਈ ਜਾਣਕਾਰੀ, ਜਿਵੇਂ ਹੁਣ ਉਹਨਾਂ ਨੇ ਇੰਟਰਵਿਊ ਦਿੱਤੀ ਆ, ਗੱਲ ਸਾਹਮਣੇ ਆਈ ਆ, ਤਾਂ ਹੁਣ ਅਸੀਂ ਆਪਣੇ ਸਿੰਘ ਭੇਜਾਂਗੇ ਉਹਨਾਂ ਦੇ ਕੋਲ ਅਤੇ ਸਾਰੀ ਜਿਹੜੀ ਨੌਲੇਜ ਆ ਉਹ ਲਾਂਗੇ ਵੀ ਕੀ ਗੱਲਬਾਤ, ਕਿਉਂਕਿ ਹੁਣ ਤੱਕ ਤਾਂ ਸਾਨੂੰ ਉਹਨਾਂ ਨੇ ਕਦੇ ਪਹੁੰਚ ਹੀ ਨਹੀਂ ਕੀਤੀ, ਕਦੇ ਫੋਨ 'ਤੇ ਵੀ ਗੱਲ ਨਹੀਂ ਕੀਤੀ, ਦੱਸਿਆ ਵੀ ਨਹੀਂ ਆ। ਹੁਣ ਅਸੀਂ ਬਕਾਇਦਾ ਸਿੰਘਾਂ ਨੂੰ ਭੇਜਾਂਗੇ ਵੀ ਕੀ ਗੱਲਬਾਤ ਆ, ਕਿਸ ਤਰ੍ਹਾਂ ਵਾ, ਬਾਕੀ ਜਿੰਨੀ ਉਹਨਾਂ ਦੀ ਸਪੋਰਟ ਅਸੀਂ ਕਰ ਸਕਦੇ ਹੋਏ ਜ਼ਰੂਰ ਉਹਨਾਂ ਦੀ। ਸਿੰਘ ਤਾਂ ਭੇਜੋਗੇ, ਕੀ ਤੁਸੀਂ ਆਪ ਵੀ ਜਾਓਗੇ ਜੀ ਉਹਨਾਂ ਕੋਲ? ਅਸੀਂ ਸਾਰੀ ਰਿਪੋਰਟ ਲਾਂਗੇ ਨਾ ਵੀ ਕੀ ਹੈ ਕਿਵੇਂ ਆ, ਪਹਿਲਾਂ ਸਿੰਘ ਜਾ ਕੇ ਸਾਰੀ ਰਿਪੋਰਟ ਲੈਣਗੇ, ਸਾਰੀ ਸਾਨੂੰ ਦੱਸਣਗੇ, ਉਸ ਤੋਂ ਬਾਅਦ ਅਸੀਂ ਖੁਦ ਵੀ ਵਿਜਿਟ ਕਰਾਂਗੇ। ਅਸੀਂ ਪਹਿਲਾਂ ਵੀ ਤਾਂ ਜਿੱਦਾਂ ਗੁਰਸੇਵਕ ਸਿੰਘ ਫੌਜੀ ਹੈ, ਸੇਵਕ ਸਿੰਘ ਮਲਕੇ ਕਾਂਡ ਦਾ, ਬਕਾਇਦਾ ਉਹਦੇ ਨਾਲ ਅਸੀਂ ਕੋਰਟ ਵਿੱਚ ਵੀ ਗਏ, ਉਹਦੇ ਜਿੱਦਣ ਉਹ ਕੋਰਟ ਵਿੱਚ ਗਵਾਹੀ ਦੇ ਰਿਹਾ ਸੀ, ਬਾਹਰ ਖੜ੍ਹੇ ਸੀ ਅਸੀਂ, ਬਕਾਇਦਾ ਉਹਦੇ ਨਗਰ ਵੀ ਉਹਨੂੰ ਕਈ ਜਗ੍ਹਾ 'ਤੇ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਅਸੀਂ ਇਸ ਪਰਿਵਾਰ ਦੇ ਨਾਲ ਵੀ ਖੜਾਂਗੇ। ਉਹਨਾਂ ਨੇ ਕਦੇ ਪਹੁੰਚ ਹੀ ਨਹੀਂ ਕੀਤੀ, ਨਾ ਹੀ ਸਾਡੇ ਕਦੇ ਰਾਬਤੇ ਵਿੱਚ ਸੀਗੇ, ਅਤੇ ਹੁਣ ਜਿਸ ਤਰ੍ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਦੀ ਗੱਲ ਸਾਹਮਣੇ ਆਈ ਆ, ਤਾਂ ਉਹਨਾਂ ਕੋਲ ਸਿੰਘ ਭੇਜਾਂ, ਕਿਉਂਕਿ ਉਸ ਵੇਲੇ ਜਦੋਂ ਇਹ ਗੋਲੀਕਾਂਡ ਹੋਇਆ ਤਸ਼ੱਦਦ ਬਹੁਤ ਹੋਇਆ, ਕੋਟਕਪੂਰਾ 'ਚ, ਬਹਿਬਲ 'ਚ, ਤਾਂ ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਹੋਏ ਸੀਗੇ, ਕਈ ਤਾਂ ਇਸ ਗੱਲੋਂ ਵੀ ਕਿ ਸਾਡੇ 'ਤੇ ਉਲਟੇ ਪਰਚੇ ਨਾ ਦਰਜ ਕਰ ਦੇਣ, ਸਾਹਮਣੇ ਨਹੀਂ ਸੀ ਆਏ, ਅਤੇ ਜਿਸ ਤਰ੍ਹਾਂ ਇਹ ਗਵਾਹ ਦੇ ਤੌਰ 'ਤੇ ਸਾਹਮਣੇ ਆਏ ਆ, ਤਾਂ ਇਹਨਾਂ ਦੀ ਹਿਫਾਜ਼ਤ ਕਰਨਾ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਦੀ ਤਾਂ ਬਣਦੀ ਹੈ, ਕੌਮ ਦੀ ਜ਼ਿੰਮੇਵਾਰੀ। ਤੁਹਾਡੇ ਤੋਂ ਕਿਸ ਤਰ੍ਹਾਂ ਦੀ ਆਸ ਕਰ ਸਕਦੇ ਆ ਹੁਣ ਉਹਨਾਂ ਦੇ, ਸੁਰਜੀਤ ਸਿੰਘ ਦੀ ਧਰਮ? ਮੈਂ ਕਹਿ ਦਿੱਤਾ ਨਾ ਕਿ ਅਸੀਂ ਸਿੰਘ ਭੇਜ ਰਹੇ ਹਾਂ ਕਿ ਉਹਨਾਂ ਕੋਲ ਜਲਦੀ ਤੁਰੰਤ 1-2 ਦਿਨਾਂ ਦੇ ਵਿੱਚ ਉਹ ਜਾ ਕੇ ਉਹਨਾਂ ਨੂੰ ਮਿਲਣਗੇ, ਉਸ ਤੋਂ ਬਾਅਦ ਅਸੀਂ ਖੁਦ ਉਹ ਸਾਨੂੰ ਰਿਪੋਰਟ ਦੇਣਗੇ ਵੀ ਕੀ ਗੱਲਬਾਤ ਆ ਸਾਰੀ ਕਿਸ ਤਰ੍ਹਾਂ, ਅਤੇ ਫਿਰ ਅਸੀਂ ਖੁਦ ਵੀ ਉਹਨਾਂ ਕੋਲ ਜਾਵਾਂਗੇ, ਅਤੇ ਹਰ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ, ਪੂਰੀ ਕੌਮ ਖੜੂਗੀ, ਅਸੀਂ ਖੜਾਂਗੇ ਉਹਨਾਂ ਦੇ ਨਾਲ, ਕਿਉਂ ਨਹੀਂ ਖੜਾਂਗੇ, ਅਸੀਂ ਹੋਰ ਵੀ ਥਾਵਾਂ 'ਤੇ ਜਾ ਕੇ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਆ ਬਕਾਇਦਾ ਆਪਣਾ ਫਰਜ਼ ਸਮਝਦੇ ਹੋਏ ਅੱਧੀ ਰਾਤ ਨੂੰ ਵੀ ਜਾ ਕੇ ਅਸੀਂ ਉੱਥੇ ਖੜਦੇ ਹਾਂ, ਅਤੇ ਇਸ ਪਰਿਵਾਰ ਦੇ ਨਾਲ ਵੀ ਕਿਉਂ ਨਹੀਂ ਖੜਾਂਗੇ, ਖੜਾਂਗੇ ਜੀ। ਤਾਂ ਬਿਲਕੁਲ, ਇਹ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਹ ਉਹਨਾਂ ਦੀ ਧਰਮ ਪਤਨੀ ਨੂੰ ਨਾ ਹੀ ਸੁਰਜੀਤ ਸਿੰਘ ਨੂੰ ਕਦੇ ਮਿਲੇ ਨੇ, ਪਰ ਹੁਣ ਜਿਹੜਾ ਚੈਨਲ ਦੇ ਮਾਧਿਅਮ ਦੇ ਰਾਹੀਂ ਇਹਨਾਂ ਨੇ ਇੰਟਰਵਿਊ ਦੇਖੀ ਹੈ, ਅਤੇ ਜਿਸ ਤੋਂ ਬਾਅਦ ਇਹ ਆਪਣੇ ਸਿੰਘ ਸਾਹਿਬਾਨਾਂ ਨੂੰ ਉਹਨਾਂ ਕੋਲ ਭੇਜਣਗੇ ਅਤੇ ਵੱਧ ਤੋਂ ਵੱਧ ਬਣਦੀ ਮਦਦ ਉਹਨਾਂ ਦੀ ਕਰਨਗੇ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਪਿੰਡ ਦਾਦੂ ਸਾਹਿਬ, ਸਿਰਸਾ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ